ਤੂੰ ਸਤਿਗੁਰ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਮੁਨ ਜਨ ਸੁਰ ਜਨ ਸਾਧਕ ਸਿੱਧ ਸਿੱਖ ਸੇਵੰਤ ਤੁਰੇ ਤੁਰ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ ਸਤਿਗੁਰ ਬੰਦੀ ਮੁਕਤ ਕਰੇ ਉਡੀਨਾ।
ਸਤਿਗੁਰ ਪਾਰਸ ਪਰਸੀਐ ਕੰਚਨ ਕਰੇ ਮਨੂਰ ਮਲੀਣਾ ਸਤਿਗੁਰ ਪਾਵਣ ਚੰਦਨ ਵਾਸ ਸਵਾਸ ਕਰੇ ਨਾਖੀਣਾ ਵਾਸ ਸਵਾਸ ਕਰੇ ਨਾਖੀਣਾ ਸਤਿਗੁਰ ਬੰਦੀ ਸਤਿਗੁਰ ਪੂਰਾ ਪਾਰ ਜਾਤ ਸਿੰਬਲ ਸਫਲ ਕਰੇ ਸੰਗ ਲੀਣਾ ਸਤਿਗੁਰ ਪੂਰਾ ਪਾਰ ਜਾਤ ਸਿੰਬਲ ਸਫਲ ਸਫਲ ਕਰੇ ਸੰਗ ਲੀਣਾ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਮਾਨ ਸਰੋਵਰ ਸਤਿਗੁਰੂ ਕਾਗੋ ਹੰਸ ਜਲੋ ਦੁੱਧ ਪੀਣਾ ਸਰੋਵਰ ਸਤਿਗੁਰੂ ਕਾਗੋ ਹੰਸ ਜਲੋ ਦੁੱਧ ਪੀਣਾ ਕਾਗੋ ਹੰਸ ਜਲੋ ਦੁੱਧ ਪੀਣਾ ਸਤਿਗੁਰ ਬੰਦੇ ਚੋਂਡ ਹੈ ਕਰੇ
ਪ੍ਰਭ
ਪਾਵੇ ਸਰਵਰ ਮੈਂ ਹੰਸ ਪੁਰਾਨ ਪਤ ਪਾਵੇ ਸਰਵਰ ਮੈਂ ਹੰਸ ਪੁਰਾਨ ਪਤ ਪਾਵੇ ਕਿਆ ਬਗ ਬੱਪੜਾ ਛੱਪੜੀ ਨਹਾਏ ਚਿੱਕੜ ਡੂਬੇ ਮੈਲ ਨ ਜਾਏ ਫਰੀਦਾ ਸੋਈ ਸਰਵਰ ਢੂੰਡ ਲਵਾ ਮਾਨ ਸਰੋਵਰ ਸਤਿਗੁਰੁ ਫਰੀਦਾ ਸੋਈ ਸਰਵਰ ਢੂੰਡ ਲਵਾ ਜਿੱਥੋਂ ਲੱਭੀ ਵੱਤ ਛੱਪੜ ਢੂੰਡੇ ਕਿਆ ਹੋਵੇ ਸਰੋਵਰ ਸਤਿਗੁਰ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਅਕਥ ਕਥਾ ਗੁਰ ਬਚਨੀ ਯਾਦ ਅਕਥ ਕਥਾ ਗੁਰ ਬਚਨੀ ਮਾਨ ਸਰੋਵਰ ਸਤਿਗੁਰ ਕਾਗੋ ਹੰਸ ਜਲੋ ਦੁੱਧ ਪੀਣਾ ਮਾਨ ਸਰੋਵਰ ਸਰੋਵਰ ਸਤਿਗੁਰ ਸਰਵਰ ਹੰਸ ਤੁਰੇ ਹੀ ਮੇਲਾ ਮਾਨ ਸਰੋਵਰ ਸਤਿਗੁਰ ਸਰਵਰ ਹੰਸਾ ਛੋਟ ਨ ਜਾਏ ਸਰਵਰ ਹੰਸਾ ਛੋਟ ਨ ਜਾਏ ਸਰਵਰ ਹੰਸ ਤੁਰੇ ਹੀ ਮੇਲਾ ਖਸਮੇ ਏਵੇ ਭਾੜਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾ ਕਾ ਖਾਣਾ ਅਗਲਾ ਕਾਗ ਨ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਉਹ ਨਾਰਜਿਕ ਨ ਪਾਇਓ ਉਥੇ ਸਾਹੀਰਾ ਮੋਤੀ
ਸਤਿਗੁਰੂ ਮਾਲ ਸਰੋਵਰ ਸਤਿਗੁਰੂ ਕਾਕੋ ਹੰਸ ਜਲੋ ਦੁੱਧ ਪੀਣ ਗੁਰ ਤੀਰਥ ਦਰਿਆ ਪਸ਼ੂ ਕਰੇ ਤਕਰੇ ਪਰ ਪੀਣਾ ਸਤਿਗੁਰ ਬੰਦੀ ਛੋੜ ਹੈ ਜਿਨ ਜਾਣਿਆ ਐਸਾ ਸਤਿਗੁਰੂ ਸਤ ਨੂੰ ਜਾਣਨ ਵਾਲਾ ਸਤਪੁਰਖ ਸਤ ਤੱਕ ਪਹੁੰਚਾਉਣ ਵਾਲਾ ਜਿਹੜਾ ਸਤ ਤੱਕ ਪਹੁੰਚਾ ਦੇਵੇ ਸੱਚ ਵਿੱਚ ਅਭੇਦ ਕਰ ਦੇਵੇ ਐਸੇ ਸਤਿਗੁਰ ਨੂੰ ਕਹਿੰਦੇ ਹਨ ਦਾਤਾ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾਲਾ ਵੈਸੇ ਤਾਂ ਸੰਸਾਰ ਦੇ ਅੰਦਰ ਸਤਪੁਰਖ ਕਹਾਉਣ ਵਾਲਿਆਂ ਦੀ ਬੁੱਧੀ ਔਰ ਧਿਆਨ ਜਿਹੜਾ ਹੈ ਥੱਲੇ ਹੀ ਰਹਿ ਜਾਂਦਾ ਪਾਤਸ਼ਾਹ ਕਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ ਖੁਬੜੀ ਕੁਥਾਏ ਮਿੱਠੀ ਗਲਨ ਕੁਮੰਤਰੀਆ ਖੁਬੜੀ ਕੁਥਾਏ ਮਿੱਠੀ ਗਲਨ ਕੁਮੰਤਰੀਆ ਖੁਬੜੀ ਕੁਥਾਏ ਮਾੜੀ ਜਗ੍ਹਾ ਤੇ
ਭੈੜੀ ਜਗ੍ਹਾ ਤੇ ਭੈੜੇ ਵਿਚਾਰਾਂ ਦੇ ਅੰਦਰ ਸੁਰਤ ਖੁਬੀ ਹੋਈ ਹੈ। ਪਾਤਸ਼ਾਹ ਕਰ ਤੇ ਜ਼ਰੂਰੀ ਨਹੀਂ ਕਿ ਇੱਲ ਉੱਚੀ ਉਡਾਰੀ ਮਾਰਦੀ, ਬੜੀ ਉੱਚੀ ਉੱਡਦੀ, ਸਾਰੇ ਪੰਛੀਆਂ ਨਾਲੋਂ ਇੱਲ ਉੱਡੀ ਉੱਚੀ ਉੱਡਦੀ ਹੈ, ਉਡਾਣ ਬੜੀ ਉੱਚੀ ਹੈ, ਅੱਧ ਆਕਾਸ਼ ਦੇ ਵਿੱਚ ਪਹੁੰਚੀ ਹੁੰਦੀ ਤਾਂ ਨਿਗਾਹ ਕਿੱਥੇ ਹੁੰਦੀ, ਮ੍ਰਿਤਕ ਤੇ ਪਸ਼ੂ ਮਰੇ ਹੋਏ ਤੇ। ਇੱਲ ਜਿੰਨੀ ਉੱਚੀ ਹੈ ਓਨੀ ਹੀ ਨਿਗਾਹ ਉਹਦੀ ਮਾੜੀ ਹੈ, ਸੋਚ ਮਾੜੀ। ਪਾਤਸ਼ਾਹ ਕਹਿੰਦੇ ਖੁਬੜੀ ਕੁਥਾਏ, ਖੁਬੜੀ ਖੁਬੀ ਹੋਈ ਹੈ ਸੁਰਤ ਤੇਰੀ, ਕੁਥਾਈ ਮਾੜੀ ਜਗ੍ਹਾ ਤੇ ਖੁੜੀ ਖੁਬੀ ਹੋਈ ਹੈ। ਮਿੱਠੀ ਗਲਨਕ ਮੰਤਰੀਆ ਭੈੜੀਆਂ ਗੱਲਾਂ ਵਿੱਚ ਤੇਰੀ ਸੁਰਤ ਖੁਬੀ, ਪਰ ਜਿਨ੍ਹਾਂ ਦੇ ਭਾਗ ਮੱਥੇ ਦੇ ਚੰਗੇ ਨੇ, ਜਿੰਨਾ ਭਾਗ ਮੱਥਾ ਇਹ ਉਭਰੇ ਨੇ, ਫਿਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਤਰ ਜਾਂਦੇ, ਉਹ ਫਿਰ ਸਤਿਗੁਰ ਦੀ ਪਹਿਚਾਣ ਕਰ ਲੈਂਦੇ ਨੇ, ਉਹ ਫਿਰ ਸਤਿਗੁਰ ਦੇ ਚਰਨਾਂ ਦੇ ਵਿੱਚ ਪਹੁੰਚ ਜਾਂਦੇ ਨੇ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਉਹ ਸਤਿਪੁਰਖ ਦੀ ਪਹਿਚਾਣ ਕਰ ਲੈਂਦੇ ਨੇ, ਉਹਨਾਂ ਨੂੰ ਪਤਾ ਲੱਗ ਜਾਂਦਾ ਦੁਨੀਆਂ ਦਾ। ਹੰਸੋ ਹੰਸ ਗਿਆਨ ਕਰ ਦੁੱਧੇ ਵਿੱਚੋਂ ਕੱਢੇ ਪਾਣੀ, ਹੰਸ ਦੇ ਚੁੰਝ ਦੀ ਤਾਸੀਰ ਹੈ, ਦੁੱਧ ਅੱਗੇ ਰੱਖਦੀ ਹੈ ਨਾ ਉਹ ਚੁੰਝ ਪਾਉਂਦਾ, ਚੁੰਝ ਪਾਉਣ ਦੇ ਨਾਲ ਕੁਦਰਤ ਨੇ ਐਸੀ ਹਰ ਪੰਛੀ ਨੂੰ ਤਸੀਰ ਬਖਸ਼ੀ, ਹਰ ਜੀਵ ਨੂੰ ਤਾਸੀਰ ਬਖਸ਼ੀ। ਮਨੁੱਖ ਨੂੰ ਤਾਂ ਜਿੰਨੇ ਸੁਭਾਅ ਮਿਲੇ ਨੇ ਇਹਨਾਂ ਪਸ਼ੂਆਂ ਪੰਖੀਆਂ ਤੋਂ ਮਿਲੇ ਨੇ, ਮਨੁੱਖ ਦਾ ਆਪਣਾ ਸੁਭਾਗ ਹੈ, ਸਾਰੀਆਂ ਚੀਜ਼ਾਂ ਮਿਲੀਆਂ ਹੀ ਨੇ। ਪਾਤਸ਼ਾਹ ਕਹਿੰਦੇ ਤੈਨੂੰ ਆਹ ਗਿਆਨ ਪਸ਼ੂ ਕੋਲੋਂ ਮਿਲਿਆ, ਆਹ ਕੁੱਤੇ ਕੋਲੋਂ ਮਿਲਿਆ, ਹੈ ਸਾਰੇ ਸੇਵਾ ਜਿੰਨੇ ਟੇਡੀਆਂ ਜੂਨਾਂ ਵਾਲੇ ਨੇ ਸਾਰਿਆਂ ਦੇ ਵਿੱਚੋਂ ਇੱਕ ਇੱਕ ਗੁਣ ਇਸ ਨੂੰ ਮਿਲਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਕਹਿ ਰਹੇ ਨੇ ਹੰਸੋ ਹੰਸ ਗਿਆਨ ਕਰ ਦੁੱਧੇ ਵਿੱਚੋਂ ਕੱਢੇ ਪਾਣੀ, ਚੁੰਝ ਮਾਰਦਾ ਦੁੱਧ ਫਟ ਜਾਂਦਾ, ਪਾਣੀ ਅਲੱਗ ਹੋ ਜਾਂਦਾ, ਦੁੱਧ ਦੀਆਂ ਖਿੱਟੀਆਂ ਅਲੱਗ ਹੋ ਜਾਂਦੀਆਂ ਨੇ, ਕੇਵਲ ਦੁੱਧ ਦੀਆਂ ਖਿੱਟੀਆਂ ਨੂੰ ਚੁੱਕਦਾ, ਪਾਣੀ ਛੱਡ ਦਿੰਦਾ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖਾ ਤੂੰ ਹੰਸ ਹੈ, ਤੇਰੇ ਅੱਗੇ ਦੁੱਧ ਦਾ ਬਰਤਨ ਰੱਖ ਦੇਈਏ, ਭਰਿਆ ਹੋਵੇ ਲਬਾ ਲਬ, ਪਰ ਤੇਰਾ ਗਿਆਨ ਇੰਨਾ ਚੰਗਾ ਹੋਵੇ ਕਿ ਚੁੰਝ ਸੁਰਤ ਪਰਮਾਤਮਾ ਦੇ ਵਾਹਿਗੁਰੂ ਮੰਤਰ ਦੀ ਜਦੋਂ ਪਾਵੇ ਤਾਂ ਤੈਨੂੰ ਪਤਾ ਲੱਗ ਜੇ, ਇਸ ਤੋਂ ਸੰਸਾਰ ਦਾ ਗਿਆਨ ਅਲੱਗ ਹੋ ਜਾਏ, ਨਿਰੰਕਾਰ ਦੀ ਪਹਿਚਾਣ ਅਲੱਗ ਆ ਜਾਏ। ਇੱਕ ਸ਼ਬਦ ਹੋਰ ਭਗਤ ਕਬੀਰ ਸਾਹਿਬ ਜੀ ਦਾ ਸਾਹਮਣੇ ਆਇਆ, ਆਪ ਜੀ ਨੇ ਅਨੇਕ ਵਾਰ ਸੁਣਿਆ, ਉਹ ਸ਼ਬਦ ਬੜਾ ਕਮਾਲ ਦਾ, ਪਰ ਉਹਦੇ ਅਰਥ ਸਤਿਗੁਰਾਂ ਨੇ ਬੜੇ ਗਹਿਰੇ ਸਮਝਾਏ ਨੇ। ਪਾਤਸ਼ਾਹ ਜੀ ਫੁਰਮਾਨ ਕਰਦੇ ਕਹਿੰਦੇ ਨੇ ਹਰ ਭਇਓ ਖੇਤ ਹਰ ਭਇਓ ਰੇਤ, ਹਰ ਭਇਓ ਖੰਡ ਰੇਤ ਮਹਿ ਬਿਖਰਿਓ, ਹਰ ਭਇਓ ਖੰਡ ਰੇਤ ਮਹਿ ਬਿਖਰਿਓ, ਹਾਥੀ ਚੁਣੀ ਨਾ ਜਾਏ ਹਸਤੀ ਚੁਣਿਓ ਨਾ ਜਾਏ। ਦੋ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਇੱਕ ਸ਼ਬਦ ਹੈ ਕਬੀਰ ਸਾਹਿਬ ਜੀ ਦੇ ਸਲੋਕਾਂ 'ਚ ਹਰ ਹਾਂ ਖਾਂਡ ਰੇਤ ਮਹਿ ਬਿਖਰੀ ਹਾਥੀ ਚੁਣੀ ਨਾ ਜਾਏ। ਦੂਜਾ ਸ਼ਬਦ ਵੀ ਭਗਤ ਕਬੀਰ ਸਾਹਿਬ ਦਾ, ਉਹ ਕਹਿੰਦੇ ਹਰ ਭਇਓ ਰੇਤ ਮਹਿ ਬਿਖਰਿਓ,
ਹਰੀ ਪਰਮਾਤਮਾ ਖੰਡ ਹੈ ਔਰ ਰੇਤੇ ਦੇ ਵਿੱਚ ਖਿਲਰ ਗਿਆ। ਹੁਣ ਕੌਣ ਕੱਢੇਗਾ? ਪਰ ਹਾਥੀ ਦੀ ਬੁੱਧੀ ਵਾਲਾ ਤਾਂ ਨਹੀਂ ਕੱਢ ਸਕੇਗਾ ਨਾ, ਹਾਥੀ ਦੀ ਬੁੱਧੀ ਵਾਲਾ ਤਾਂ ਰੇਤ ਪਾਸ ਜਾਏਗਾ, ਖੰਡ ਨਜ਼ਰ ਆਏਗੀ, ਚਲਾ ਜਾਏਗਾ, ਖੰਡ ਨੂੰ ਵੀ ਭੰਨ ਦੇਗਾ, ਰੇਤੇ ਨੂੰ ਵੀ ਭੰਨ ਦੇਗਾ। ਪਾਤਸ਼ਾਹ ਕਹਿੰਦੇ ਤੂੰ ਕੀੜੀ ਬਣਨਾ, ਤੇਰੇ ਸਾਹਮਣੇ ਦੁਨੀਆਂ ਦੀਆਂ ਕੱਚੀਆਂ ਪੱਕੀਆਂ ਚੀਜ਼ਾਂ ਰੱਖੀਆਂ, ਸੰਸਾਰ ਦੇ ਲੋਕਾਂ ਨੇ ਅੱਜ ਦੇ ਵਿਦਵਾਨਾਂ ਰੌਲਾ ਪਾਇਆ, ਇਹ ਹੋ ਗਿਆ, ਉਹ ਹੋ ਗਿਆ, ਇਤਿਹਾਸ ਯੇ ਵੋ, ਅਤੇ ਪਾਤਸ਼ਾਹ ਕਹਿੰਦੇ ਹਰ ਭਾਇਓ ਖੰਡ ਰੇਤ ਮੈਂ ਬਿਖਰਿਓ। ਤੇਰਾ ਗਿਆਨ ਵੇਖਣਾ ਵੀ ਕੀੜੀ ਵਾਲਾ ਗਿਆਨ ਹੈ, ਕੀੜੀ ਬਣ ਕੇ ਤੂੰ ਇੱਕ ਇੱਕ ਖੰਡ ਦਾ ਟੁਕੜਾ ਚੁੱਕਣਾ ਕਿ ਨਹੀਂ ਚੁੱਕਦਾ। ਹਰ ਭਇਓ ਖੰਡ ਰੇਤ ਮੈਂ ਬਿਖਰਿਓ, ਹਸਤੀ ਚੁਣਿਓ ਨਾ ਜਾਏ ਕਉ ਕਬੀਰ ਗੁਰ ਭਲੀ ਬੁਝਾਏ, ਚਿੱਟੀ ਹੋਏ ਕਹਿ ਖਾਏ ਕੀੜੀ ਹੋ ਕੇ ਖਾਣਾ। ਕਉ ਕਬੀਰ ਤਜ ਜਾਤ ਪਾਤ ਕੁੱਲ, ਦੋ ਸ਼ਬਦ ਨੇ ਦੋਨਾਂ, ਕਈ ਸ਼ਬਦ ਅਨੇਕਾਂ ਵਾਰ ਇਕੱਠੇ ਹੈ। ਕਉ ਕਬੀਰ ਤਜ ਜਾਤ ਪਾਤ ਕੁੱਲ, ਜਾਤ ਪਾਤ ਤਿਆਗ ਕੇ, ਕੁੱਲ ਦਾ ਅਪਮਾਨ ਤਿਆਗ ਕੇ, ਫਿਰ ਕੀੜੀ ਜਿਹੀ ਨਿਮਰਤਾ ਵਾਲਾ ਬਣ ਕੇ ਚੁਗੇਗਾ ਤਾਂ ਤੈਨੂੰ ਮਿਲ ਜਾਏਗਾ ਗਿਆਨ ਗੁਰੂ ਦੇ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਫਰਮਾਨ ਕਰ ਰਹੇ ਨੇ ਛੇਵੇਂ ਗੁਰਦੇਵ ਮੀਰੀ ਪੀਰੀ ਦੇ ਮਾਲਕ ਦੀਆਂ ਤਾਰੀਫਾਂ, ਉਪਮਾ। ਇੱਕ ਪਾਸੇ ਸੰਸਾਰ ਰੇਤੇ ਦਾ ਗਿਆਨ, ਦੂਜੇ ਪਾਸੇ ਖੰਡ ਵਿੱਚ ਖਿਲ ਰਿਹਾ ਹੋਇਆ ਗੁਰੂ ਕਾ ਮਿੱਠਾ ਗਿਆਨ। ਮਹਾਂਪੁਰਖ ਕਹਿੰਦੇ ਨਾ, ਕਥਾ ਕਰਦੇ ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖ, ਕਈ ਵਾਰ ਉਹਨਾਂ ਨੇ ਪ੍ਰਮਾਣ ਦਿੱਤਾ, ਕਹਿੰਦੇ ਵੀ ਕੀੜੀ ਦੇ ਮੂੰਹ ਦੇ ਵਿੱਚ ਲਿਦਦੇ ਧੱਕੇ ਔਰ ਉਸਨੂੰ ਕਿਹਾ ਜਾ ਆ ਸਾਹਮਣੇ ਮਿਸਰੀ ਦਾ ਪਹਾੜ ਹੈ, ਉਹ ਮਿਸਰੀ ਦੇ ਪਹਾੜ ਕੋਲ ਚਲੀ ਵੀ ਗਈ ਪਰ ਵਾਪਸ ਆ ਗਈ, ਕਹਿਣ ਲੱਗੀ ਮਿਸਰੀ ਮਿੱਠੀ ਨਹੀਂ। ਕਹਿ ਲੱਗੇ ਤੇਰੇ ਮੂੰਹ 'ਚ ਕੀ ਹੈ? ਜਦੋਂ ਦੇਖਿਆ ਤਾਂ ਲਿਦ ਦੇ ਤਿਨਕੇ। ਉਹ ਕਹਿੰਦੇ ਲਿਦ ਦੇ ਤੀਲੇ ਤੇਰੇ ਮੂੰਹ ਵਿੱਚ ਨੇ, ਇਸ ਕਰਕੇ ਤੈਨੂੰ ਮਿਸਰੀ ਦਾ ਪਹਾੜ ਜਿਹੜਾ ਮਿੱਠਾ ਹੀ ਨਹੀਂ ਲੱਗਿਆ, ਕਿਉਂਕਿ ਤੂੰ ਦੂਜੀਆਂ ਚੀਜ਼ਾਂ ਮੂੰਹ ਦੇ ਵਿੱਚ ਪਾਈ ਫਿਰਨੀ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਫੁਰਮਾਨ ਕਰਦਿਆਂ ਕਹਿ ਰਹੇ ਨੇ, ਆਓ ਸਤਿਗੁਰੂ ਕਹਿੰਦੇ ਪਾਰ ਪਰਮ ਪੂਰਨ ਬ੍ਰਹਮ ਸਤਿਗੁਰ ਆਪੇ ਆਪ ਉਪਾਇਆ, ਗੁਰ ਗੋਬਿੰਦ ਗੋਬਿੰਦ ਗੁਰ ਜੋਤ ਇੱਕ ਦੋਇ ਨਾਮ ਤਰਹਾਇਆ। ਕੀ ਹੈ ਇਹ? ਅਲੱਗ ਅਲੱਗ ਹਸਤੀਆਂ ਨਹੀਂ, ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਆਪੇ ਆਪ ਉਪਾਇਆ, ਗੁਰ ਗੋਬਿੰਦ ਗੋਬਿੰਦ ਗੁਰ ਜੋਤ ਇੱਕ ਦੋਏ ਨਾਮ ਤਰਾਇਆ, ਨਾਮ ਦੋ ਨੇ। ਅੱਗੇ ਪ੍ਰਮਾਣ ਕਮਾਲ ਦੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ ਦਿੱਤੇ, ਕਹਿੰਦੇ ਜਿਵੇਂ ਪਿਓ ਤੋਂ ਪੁੱਤਰ ਵੰਸ਼ ਚੱਲਦੀ ਹੈ, ਪੁੱਤੋਂ ਪਿਓ ਵਿਸਮਾਦੇ ਵਿਸਮਾਦ ਰਚਾਇਆ, ਬ੍ਰਿਖ ਤੋਂ ਫਲ ਫਲ ਤੋਂ ਬ੍ਰਿਖ, ਇਸ ਤਰ੍ਹਾਂ ਹੀ ਸਾਰੇ ਸੰਸਾਰ ਦੀ ਗਤੀ ਚਲੀ ਗਈ। ਇਸੇ ਤਰ੍ਹਾਂ ਬਾਬਾ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਅਮਰਦਾਸ ਗੁਰੂ, ਰਾਮਦਾਸ ਗੁਰੂ, ਗੁਰੂ ਅਰਜਨ ਸਾਹਿਬ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਚੱਲੀ ਪੀੜ੍ਹੀ ਸੋਢੀਆਂ,
ਰੂਪ ਦਿਖਾਵਣ ਵਾਰੋ ਵਾਰੀ ਆਪਣਾ ਰੂਪ ਦਿਖਾਉਂਦੇ। ਇੱਕ ਖਿਡਾਰੀ ਚਲਾ ਜਾਂਦਾ, ਦੂਜਾ ਆ ਜਾਂਦਾ ਜੰਗ ਖੇਡ ਦੇ ਮੈਦਾਨ ਦੇ ਅੰਦਰ। ਖੇਡ ਇੱਕੋ ਹੀ ਹੈ, ਖੇਡ ਦੇ ਰੂਲ ਇੱਕੋ ਹੀ ਨੇ, ਖੇਡ ਦਾ ਮੈਦਾਨ ਇੱਕੋ ਹੀ ਹੈ, ਜਗਤ ਦਾ ਮੈਦਾਨ ਇੱਕੋ ਹੀ ਹੈ। ਜਗਤ ਦੇ ਮੈਦਾਨ ਦੇ ਅੰਦਰ ਵੱਖ ਵੱਖ ਰੂਪ ਧਾਰਨ ਕਰਕੇ ਖਿਡਾਰੀ ਆਉਂਦਾ ਔਰ ਖੇਡਦਾ। ਸੱਚੇ ਪਾਤਸ਼ਾਹ ਮਹਾਰਾਜ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਆਪਣੇ ਆਪ ਨੂੰ ਖਿਡਾਰੀ ਕਿਹਾ। ਸਤਿਗੁਰੂ ਕਹਿੰਦੇ ਅਵਗਣ, ਸਤਿਗੁਰੂ ਕਹਿੰਦੇ ਦੁੱਖ, ਮਹਾਰਾਜ ਦੁੱਖ ਕਿਵੇਂ ਛੱਡਾਂ। ਸਤਿਗੁਰੂ ਕਹਿੰਦੇ ਵਿਸ਼ੇ ਵਿਕਾਰ ਸੰਸਾਰ, ਮਹਾਰਾਜ ਇਹ ਕਿਵੇਂ ਛੱਡਾਂ। ਕਹਿ ਲੱਗੇ ਛੱਡਣਾ ਨਹੀਂ, ਰਹਿਣਾ ਇਹਦੇ ਵਿੱਚ ਹੈ, ਪਰ ਸੁਰਤ ਨੂੰ ਸ਼ਬਦ ਵਾਲੇ ਪਾਸੇ ਮੋੜ ਲੈਣਾ, ਸੁਰਤ ਨੂੰ ਸ਼ਬਦ ਵਾਲੇ ਪਾਸੇ ਮੋੜ ਲੈਣਾ। ਇਹ ਹੋਵੇਗਾ ਕਿਵੇਂ? ਹੁਣ ਭਾਈ ਸਾਹਿਬ ਜੀ ਦੇ ਸਾਹਮਣੇ ਇੱਕ ਸਵਾਲ ਉਦੋਂ ਆਇਆ ਬੜੇ। ਦੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਵਾਰਾਂ, ਗੁਰੂ ਨਾਨਕ ਸਾਹਿਬ ਜੀ ਦੀਆਂ ਉਪਮਾ, ਔਰ ਗੁਰੂ ਅਰਜਨ ਦੇਵ ਮਹਾਰਾਜ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਉਪਮਾ। ਸਭ ਤੋਂ ਜ਼ਿਆਦਾ ਗੁਰੂ ਹਰਗੋਬਿੰਦ ਸਾਹਿਬ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਤਾਰੀਫ ਭਾਈ ਗੁਰਦਾਸ ਸਾਹਿਬ ਨੇ ਕੀਤੀ, ਬੜੀਆਂ ਲੰਮੀਆਂ ਵਾਰਾਂ ਲਿਖੀਆਂ ਗੁਰੂ ਨਾਨਕ ਸਾਹਿਬ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਲਿਖਦੇ ਨੇ। ਜਿਉਂ ਲੱਖ ਤਾਰੇ ਚਮਕਦੇ, ਜਿਉਂ ਲੱਖ ਤਾਰੇ ਚਮਕਦੇ, ਨੇੜ ਨਾ ਦਿਸਣ ਰਾਤ ਅਨੇਰੇ, ਜਿਉਂ ਲੱਖ ਤਾਰੇ ਚਮਕਦੇ, ਨੇੜ ਨਾ ਦਿਸੇ ਰਾਤ ਅਨੇਰੇ, ਸੂਰਜ ਬੱਦਲ ਛਾਇਆ ਰਾਤ ਨਾ ਪੁੱਜੇ ਦਿਸਲ ਫੇਰੇ, ਰਾਤ ਨਾ ਪੁੱਜੇ ਕੈਸੀ। ਕਮਾਲ ਦਾ ਪ੍ਰਮਾਣ ਦਿੱਤਾ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਕਹਿੰਦੇ ਜਿਉਂ ਲੱਖ ਤਾਰੇ ਚਮਕਦੇ, ਆਕਾਸ਼ ਵਿੱਚ ਤਾਰੇ ਲੱਖਾਂ ਚਮਕਦੇ ਨੇ ਰਾਤ ਨੂੰ, ਪਰ ਨੇੜ ਨਾ ਦਿਸੈ, ਨੇੜੇ ਦੀ ਚੀਜ਼ ਨਜ਼ਰ ਨਹੀਂ ਆਉਂਦੀ। ਲੱਖਾਂ ਤਾਰਿਆਂ ਦੇ ਚਾਨਣ ਵਿੱਚ ਨੇੜੇ ਦੀ ਚੀਜ਼ ਨਜ਼ਰ ਨਹੀਂ ਆਉਂਦੀ, ਨੇੜ ਨਾ ਦਿਸੈ ਰਾਤ ਹਨੇਰੇ, ਰਾਤ ਦੇ ਹਨੇਰੇ ਦੇ ਅੰਦਰ ਜੇ ਲੱਖਾਂ ਤਾਰੇ ਚਮਕ ਰਹੇ ਨੇ, ਰਾਤ ਦੇ ਹਨੇਰੇ ਵਿੱਚ ਕਿਉਂ ਨਹੀਂ ਚੀਜ਼ ਨਜ਼ਰ ਆ ਰਹੀ? ਅੱਛਾ, ਦੂਜਾ ਪ੍ਰਮਾਣ ਹੈ, ਦੋਨੋਂ ਹਨੇਰਾ ਪੱਖ ਹੈ। ਰਾਤ ਦਾ ਹਨੇਰਾ ਪੱਖ ਲੱਖਾਂ ਤਾਰੇ ਚੜ੍ਹੇ ਨੇ, ਪਰ ਰਾਤ ਦੀਆਂ ਡਿੱਗੀਆਂ ਹੋਈਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਰਾਤ ਦੇ ਹਨੇਰੇ ਵਿੱਚ। ਸੂਰਜ ਬੱਦਲ ਛਾਇਆ, ਅੱਜ ਵੀ ਬੱਦਲ ਛਾਇਆ ਸੀ ਆਕਾਸ਼ ਵਿੱਚ, ਕਿਆ ਹਨੇਰਾ ਪੈ ਗਿਆ? ਕਦੀ ਕਹਾਂਗੇ ਕਿ ਅੱਜ ਬੱਦਲ ਸੀ, ਕੁਝ ਨਜ਼ਰ ਨਹੀਂ ਆਇਆ?
ਸੂਰਜ ਬੱਦਲ ਛਾਇਆ ਰਾਤ ਨਾ ਪੁੱਜੇ ਰਾਤ ਨਹੀਂ ਹੋਈ ਦਿਸਣ ਫੇਰੇ ਦਿਸਹਿ ਫੇਰੇ ਚਾਰ ਚਫੇਰੇ ਹਰੇਕ ਚੀਜ਼ ਨਜ਼ਰ ਆ ਰਹੀ ਪਰਮਾਨ ਦਾ ਭਾਵ ਕੀ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਲੱਖਾਂ ਹੀ ਤਾਰੇ ਚੜ੍ਹ ਜਾਣ ਉਹ ਲੱਖਾਂ ਹੀ ਗੁਰੂ ਬਣ ਜਾਣ ਲੱਖਾਂ ਹੀ ਮਹਾਤਮਾ ਦੁਨੀਆਂ ਵਿੱਚ ਆ ਜਾਣ ਉਹਨਾਂ ਦੇ ਪ੍ਰਕਾਸ਼ ਵਿੱਚੋਂ ਸੰਸਾਰ ਦਾ ਗਿਆਨ ਜਿਹੜਾ ਹੈ ਨਜ਼ਰ ਨਹੀਂ ਆਏਗਾ ਗੁਰੂ ਪ੍ਰਕਾਸ਼ ਰੂਪ ਜਦੋਂ ਚੜ੍ਹ ਜਾਏਗਾ ਸੂਰਜ ਦੀ ਵੱਤ ਜੋ ਆਏਗਾ ਹਰੇਕ ਚੀਜ਼ ਜਿਹੜੀ ਹੈ ਨਜ਼ਰ ਆ ਜਾਏਗੀ ਜਿਵੇਂ ਬੱਦਲ ਵਿੱਚ ਛੁਪਿਆ ਸੂਰਜ ਅੰਧੇਰਾ ਨਹੀਂ ਹੁੰਦਾ ਪਰ ਰਾਤ ਦੇ ਅੰਧੇਰੇ ਅੰਦਰ ਲੱਖਾਂ ਚਾਨਣ ਲੱਖਾਂ ਤਾਰੇ ਇਹ ਅੰਧੇਰੇ ਦੀ ਵੱਤ ਨੇ ਸੂਰਜ ਦੇ ਅੱਗੇ ਬੱਦਲ ਆ ਜਾਏ ਤਾਂ ਪ੍ਰਕਾਸ਼ ਫਿੱਕਾ ਨਹੀਂ ਪੈਂਦਾ ਐਸਾ ਪ੍ਰਮਾਣ ਕਹਿੰਦੇ ਇਸ ਵਾਸਤੇ ਗੁਰੂ ਦੇ ਉੱਪਰ ਅਨੇਕਾਂ ਪ੍ਰਕਾਰ ਦੇ ਭਰਮ ਪੈ ਜਾਣ ਕਿ ਗੁਰੂ ਇਹ ਹੈ ਗੁਰੂ ਉਹ ਹੈ ਸੰਸਾਰ ਦੇ ਲੋਕਾਂ ਨੇ ਕਹਿ ਦਿੱਤਾ ਕਿ ਇਹਨਾਂ ਸ਼ਸਤਰ ਕਿਉਂ ਰੱਖੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵੰਸ਼ ਦੇ ਮਾਲਾ ਜਪਣ ਵਾਲੇ ਕਤਲੋ ਗਾਰ ਉੱਤੇ ਉਤਰੇ ਨੇ ਅੱਜ ਵੀ ਸੰਸਾਰ ਹੀ ਸਵਾਲ ਕਰਦਾ ਜਗ੍ਹਾ ਜਗ੍ਹਾ 'ਤੇ ਅਸੀਂ ਵੀ ਸੰਸਾਰ ਦਾ ਰਟਨ ਕਰਦੇ ਨਾ ਸਾਨੂੰ ਵੀ ਪੁੱਛ ਲੈਂਦੇ ਜੀ ਕਿਉਂ ਪਾਈ ਇਹ ਕਿਰਪਾਨ ਸ਼ਸਤਰ ਕਿਉਂ ਰੱਖੇ ਸਿੱਖਾਂ ਨੇ ਮੈਂ ਕਿਹਾ ਸਿੱਖਾਂ ਨਹੀਂ ਇਹ ਤਾਂ ਹਰੇਕ ਨੂੰ ਰੱਖਣ ਦਾ ਅਧਿਕਾਰ ਹੈ ਪਰ ਇਹ ਹੈ ਵੀ ਇਹਦੇ ਰੱਖਣ ਦੀ ਮਰਿਆਦਾ ਪਤਾ ਲੱਗਣੀ ਚਾਹੀਦੀ ਮਰਿਆਦਾ ਕੀ ਸਾਡੀ ਸਾਡੀ ਮਰਿਆਦਾ ਕਿਰਪਾ ਅਤੇ ਆਨ ਅਸੀਂ ਕਿਸੇ ਨੂੰ ਤੰਗ ਨਹੀਂ ਕਰਦੇ ਅਸੀਂ ਸੁਤੰਤਰਤਾ ਦੇ ਹਾਮੀ ਹਾਂ ਅਸੀਂ ਗੁਲਾਮੀ ਜਿਹੜੀ ਹੈ ਉਸਦੀ ਪ੍ਰਥਾ ਵਾਸਤੇ ਹਰ ਵੇਲੇ ਗਲ ਵਿੱਚ ਕਿਰਪਾਨ ਪਾ ਕੇ ਇਹ ਦੱਸਣੇ ਹਾਂ ਕਿ ਧਰਮ ਵਾਸਤੇ ਅਸੀਂ ਸਦਾ ਵਾਸਤੇ ਤਤਪਰ ਹਾਂ ਭਾਵੇਂ ਕਿਸੇ ਦੇਸ਼ ਦਾ ਬਾਰਡਰ ਹੋਵੇ ਧਰਮ ਵਾਸਤੇ ਦੇਸ਼ ਵਾਸਤੇ ਗੁਰੂ ਕਾ ਸਿੱਖ ਹਮੇਸ਼ਾ ਲੜਨ ਨੂੰ ਤਿਆਰ ਹੈ ਧਰਮ ਬਦਲੇ ਕੁਰਬਾਨ ਹੋਣ ਵਾਸਤੇ ਤਿਆਰ ਹੈ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਭਾਈ ਗੁਰਦਾਸ ਸਾਹਿਬ ਕਹਿੰਦੇ ਜੇ ਗੁਰਸਾਂਗ ਵਰਤਦਾ ਗੁਰੂ ਸਾਂਗ ਵਰਤਦਾ ਨਾ ਗੁਰੂ ਭੇਸ ਬਣਾਉਂਦਾ ਅਤੇ ਦੁਬਦਾ ਚਿੱਤ ਨਾ ਸਿੱਖਾਂ ਕੇਰੇ ਸਿੱਖ ਜਿਹੜੇ ਮੰਨਣ ਵਾਲੇ ਨੇ ਉਹਨਾਂ ਦੇ ਮਨ ਅੰਦਰ ਦੁਬਦਾ ਨਹੀਂ ਆਉਂਦੇ ਇੱਥੇ ਉਸ ਬੜਾ ਸੋਹਣਾ ਲਿਖਿਆ ਦੇਖੋ ਇੱਕੋ ਗੱਲ ਪਕੜ 'ਚ ਆ ਜਾਏ ਨਾ ਇੱਕੋ ਗੱਲ ਪਕੜ 'ਚ ਆ ਜਾਏ ਤਾਂ ਗੁਰੂ ਦਾ ਪਤਾ ਲੱਗ ਜਾਂਦਾ ਸੰਸਾਰ ਦੇ ਵੱਡੇ ਵੱਡੇ ਸਮੁੰਦਰ ਦੇ ਵਿੱਚੋਂ ਪਾਣੀ ਲਿਆ ਇੱਕ ਬੂੰਦ ਪਾਣੀ ਲੈ ਕੇ ਉਹਦਾ ਇਨਵੈਸਟੀਗੇਸ਼ਨ ਕੀਤਾ ਉਸ ਦੇ ਵਿੱਚੋਂ ਪਤਾ ਲੱਗ ਗਿਆ ਇਸ ਦੇ ਵਿੱਚ ਕਿਹੜੇ ਪਦਾਰਥ ਨੇ ਰੇਤ ਦਾ ਇੱਕ ਕਿਣਕਾ ਲਿਆ ਪਹਾੜਾਂ ਦਾ ਪਤਾ ਲੱਗ ਗਿਆ ਪਹਾੜ ਵਿੱਚ ਕੀ ਹੈ ਕੀ ਧਾਤੂ ਹੈ ਧਰਤੀ ਦੀ ਇੱਕ ਮਿੱਟੀ ਤੋਂ ਲੈ ਕੇ ਬਲਕਿ ਇੱਥੋਂ ਤੱਕ ਸਾਡੇ ਸਰੀਰ ਦੇ ਖੂਨ ਦੀ ਇੱਕ ਬੂੰਦ ਲੈ ਕੇ ਜਦੋਂ ਉਸ ਨੂੰ ਪਰਖਿਆ ਵੇਖਿਆ ਨਿਰੀਕਸ਼ਣ ਹੋਇਆ ਤਾਂ ਸਾਡਾ ਪਤਾ ਲੱਗ ਗਿਆ ਸਾਡੇ ਸਰੀਰ ਅੰਦਰ ਕਿਹੜੀ ਚੀਜ਼ ਹੈ ਜ਼ਿਆਦਾ ਹੈ ਕਿਹੜੀ ਘੱਟ ਹੈ ਬੜਾ ਸੁੰਦਰ ਫੁਰਮਾਨ ਕੀਤਾ ਸ਼ਾਹੀ ਮੀਆਂ ਮੀਰ ਨੇ ਉਸ ਜਮੇ ਸਮੇਂ ਜਿਹੜੇ ਵਚਨ ਕਹੇ ਤਾਂ ਸਮੇਂ ਦੇ ਲਿਖਾਰੀਆਂ ਨੇ ਮੁਰਸ਼ਦ ਦੇ 100 ਸੁਖਣਾ ਵਿੱਚੋਂ ਇੱਕ ਸੁਖਣਾ ਮੈਨੂੰ ਯਾਦ ਆਇਆ ਸੁਖਣਾ ਕਹਿੰਦੇ ਬਾਤ ਇੱਕ ਗੱਲ ਬੁਝਾਰਤ ਜੀਵਨ ਦੀ ਮੁਰਸ਼ਦ ਦੇ 100 ਸੁਖਣਾ ਵਿੱਚੋਂ ਇੱਕ ਸੁਖਣਾ ਮੈਨੂੰ ਯਾਦ ਆਇਆ ਯੱਗ ਬਿਰਾਨ ਨਾ ਹੋਵੇ ਜੇ ਮੈਂ ਖਾਨਾ ਆਬਾਦ ਯੱਗ ਬਿਰਾਨ ਕਦੇ ਨਹੀਂ ਹੋ ਸਕਦਾ ਉੱਜੜ ਨਹੀਂ ਕਦੇ ਵੀ ਸਕਦਾ ਜੇ ਮਹਿਖਾਨਾ ਮਹਿਖਾਨਾ ਕਿਹੜਾ ਹੈ
ਗੁਰੂ ਕੀ ਸੰਗਤ, ਜਿੱਥੇ ਭਰ ਭਰ ਪਿਆਲੇ ਕਲਗੀਧਰ ਪਾਤਸ਼ਾਹ ਰੰਗਲੇ ਮਾਹੀ ਸਾਕੀ ਬਣ ਕੇ ਵੰਡਦੇ ਨੇ। ਭਾਈ ਨੰਦ ਲਾਲ ਅੱਗੇ ਆਪਣਾ ਬੁੱਕ ਕਰਕੇ ਬਹਿ ਜਾਂਦੇ ਨੇ ਅਤੇ ਕਹਿੰਦੇ ਮੇਰੀ ਬੁੱਕ ਵਿੱਚ ਇਹ ਸਾਖੀ ਆ, ਮੇਰੀ ਬੁੱਕ ਦੇ ਵਿੱਚ ਅੰਮ੍ਰਿਤ ਦਾ ਪਿਆਲਾ ਪਾ ਦੇ, ਅੰਮ੍ਰਿਤ ਦੀ ਬੂੰਦ ਪਾ ਦੇ। ਮੁਰਸ਼ਿਦ ਦੇ 100 ਸੁਖਣਾ ਵਿੱਚੋਂ 100 ਗੱਲਾਂ ਯਾਦ ਨਾ ਰੱਖੋ, ਇੱਕ ਗੱਲ ਤਾਂ ਯਾਦ ਰੱਖ ਲਓ। ਮੁਰਸ਼ਿਦ ਦੇ 100 ਸੁਖਣਾ ਵਿੱਚੋਂ ਇੱਕ ਸੁਖਣਾ ਮੈਨੂੰ ਯਾਦ ਆਇਆ, ਜਗ ਵਿਰਾਨ ਨਾ ਹੋਵੇ ਜੇ ਮਹਿਗਨ ਮਹਿਕ ਬਾਦ ਰਹੇ। ਉਹਨੇ ਕੁਝ ਇਸ ਤਰ੍ਹਾਂ ਲਿਖਿਆ, ਅੱਜ ਸਦ ਸੁਖਣਾ ਪੀਰਮ, ਸਦ ਕਹਿੰਦੇ ਨੇ 100 ਨੂੰ, ਅੱਜ ਸਦ ਸੁਖਣਾ ਪੀਰਮ, ਇੱਕ ਹਰਫ ਇੱਕ ਗੱਲ। ਉਹ ਫਾਰਸੀ 'ਚ ਲਿਖਦਾ, ਅੱਜ ਸਦ ਸੁਖਣਾ ਪੀਰਮ, ਇੱਕ ਹਰਫ ਮਰਾ ਬਾ ਯਾਦਸਤ, ਮੈਨੂੰ ਯਾਦ ਰਿਹਾ ਇੱਕ ਸੁਖਣਾ ਉਹਦਾ ਇਹ ਸੀ। ਕਿਹੜੀ ਸੀ ਗੱਲ? ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ, ਉਹਨਾਂ ਦੀ ਗੱਲ ਇਹ ਸੀ ਕਿ ਗਲੇ ਕਿਰਪਾਨ ਪਾ ਕੇ, ਸ਼ਸਤਰ ਪਾ ਕੇ, ਮੀਰੀ ਦੀ ਮੀਰੀ ਔਰ ਪੀਰੀ ਦੀ ਪੀਰੀ ਖਿੱਚ ਲੈਣੀ ਔਰ ਸੰਸਾਰ ਨੂੰ ਸੁੱਖ ਦੇਣਾ। ਇਹ ਹੋਆ ਹਲੇਮੀ ਰਾਜ ਜੀ, ਉਹ ਹਲੇਮੀ ਰਾਜ ਕਰਨਾ, ਜਗਤ ਸੰਸਾਰ ਨੂੰ ਸੁਖੀ ਵੇਖਣਾ। ਪਹਿਲੇ ਜਾਮੇ ਤੋਂ ਲੈ ਕੇ ਜਗਤ ਜਲੰਦਾ ਰੱਖ ਲਿਆ ਅਤੇ ਸੁਖੀ ਬੱਸਾ ਮੋਰੋ ਪਰਿਵਾਰਾਂ ਤੱਕ ਦੀ ਯਾਤਰਾ ਕਰਨੀ। ਜੇ ਆਪ ਸ਼ਸਤਰ ਉਠਾਉਂਦੇ, ਤੁਹਾਡੇ ਉੱਪਰ ਕੋਈ ਸ਼ਸਤਰ ਚੁੱਕਦਾ 6ਵੇਂ ਪਾਤਸ਼ਾਹ ਦੇ ਪੈਂਦੇ ਖਾਨ ਨੇ ਵਾਰ ਕੀਤਾ ਅਤੇ ਸਤਿਗੁਰੂ ਗੁੱਸੇ 'ਚ ਨਾ ਆਏ। ਪਾਤਸ਼ਾਹ ਕਹਿਣ ਲੱਗੇ, ਹੱਥਾਂ ਨਾਲ ਤੈਨੂੰ ਪਾ ਰਿਹਾ, ਸ਼ਸਤਰ ਵਿੱਦਿਆ ਤੈਨੂੰ ਸਿਖਾਈ ਹੈ ਕਿ ਗੁਣ ਪਾਤਸ਼ਾਹ ਦੇ ਬੜੇ ਗੁਣ ਨੇ ਅਤੇ ਅੱਜ ਤੂੰ ਸ਼ਸਤਰ ਚਲਾਉਣਾ ਭੁੱਲ ਗਏ। ਅਤੇ ਪਾਤਸ਼ਾਹ ਕਹਿੰਦੇ, ਚੁਣੀ ਨਵੀਂ ਜਨਦ। ਕਹਿਣ ਲੱਗੇ, ਇਸ ਤਰ੍ਹਾਂ ਨਹੀਂ ਸ਼ਸਤਰ ਦਾ ਵਾਰ ਕਰੀਦਾ, ਚੁਣੀ ਨਵੀਂ ਜਨਦ ਜਦਨ ਈ ਅਸਤ। ਕਹਿਣ ਲੱਗੇ, ਇਸ ਤਰ੍ਹਾਂ ਕਰੀਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ, ਚੁਣੀ ਨਵੀਂ ਜਨਦ, ਕਹਿੰਦੇ ਇਸ ਤਰ੍ਹਾਂ ਵਾਰ ਨਹੀਂ ਹੋਣਾ, ਇਸ ਤਰ੍ਹਾਂ ਕਰੀਦਾ, ਸਿਖਾਈਏ ਤੈਨੂੰ। ਜਨਦ ਈ ਅਸਤ, ਇਸ ਤਰ੍ਹਾਂ ਵਾਰ ਕਰੀਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਵਾਰ ਕੀਤਾ, ਔਰ ਵਾਰ ਕੀ ਕਰਨਾ ਸੀ? ਮੁਕਤ ਕਰਨਾ ਸੀ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਅੜੀਨਾ। ਖੈਰ, ਜਿਹੜਾ ਨਲ ਅਤੇ ਨੀਲ ਨੇ ਗਾਇਆ, ਸ਼ਾਹ ਅਬਦੁੱਲਾ ਮੀਰ ਅਬਦੁੱਲਾ ਅਤੇ ਨੱਥ ਮਲ ਢਾਡੀ ਨੇ, ਉਹਦੀ ਵਾਰ ਬੜੀ ਕਮਾਲ ਦੀ। ਆਪ ਜੀ ਤਾਂ ਸੁਣਦੇ ਹੀ ਹੋ ਕਿ ਦੋ ਤਲਵਾਰੀ ਵੱਧੀਆਂ, ਸਮਾਂ ਪੂਰਾ ਹੋ ਗਿਆ, ਇੱਕ ਮਿੰਟ ਦੇ ਅੰਦਰ ਸਮਾਪਤੀ। ਦੋ ਤਲਵਾਰੀ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਰਾਜ ਦੀ, ਇੱਕ ਅਜਮਤ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰੀ ਦੀ, ਨਾਲ ਯੋਧੇ ਨਲ ਨੀਲ। ਰੌਲਾ ਪਾਉਣ ਵਾਲੇ ਜਿਹੜੇ ਵਿਦਵਾਨ ਨੇ ਇਸ ਦੀ ਕਥਾ ਜ਼ਰੂਰ ਕਰਦੇ ਨੇ, ਗਾਉਂਦੇ ਵੀ ਨੇ, ਫਿਰ ਕਹਿੰਦੇ ਜੀ ਆਹ ਪ੍ਰਮਾਣ ਜਿਹੜੇ ਨੇ ਵਿੱਚ ਆ ਗਏ, ਇਹਨਾਂ ਪ੍ਰਮਾਣ। ਹੁਣ ਇੱਥੇ ਨਲ ਨੀਲ ਯੋਧੇ ਥੋੜ੍ਹਾ ਸੀ ਮਹਾਰਾਜ ਸਾਹਿਬ ਦੇ ਨਾਲ, ਭਾਈ ਲੰਗਾ, ਭਾਈ ਜੇਠਾ, ਭਾਈ ਪੁਰਾਣਾ, ਭਾਈ ਵਿਧੀਆ, ਐਡੇ ਵੱਡੇ ਸੂਰਬੀਰ ਪਾਤਸ਼ਾਹ ਦੇ ਨਾਲ ਸੀ। ਪਰ ਇੱਥੇ ਮੀਰ ਉਬਦੁੱਲਾ ਅਬਦੁੱਲਾ ਅਤੇ ਨੱਥ ਮਲ ਕਹਿ ਰਹੇ ਨੇ ਨਾਲ ਯੋਧੇ ਨਲ ਨੀਲ। ਨੀਲ ਅਤੇ ਵਿਸ਼ਵਾ ਪੁੱਤਰ ਦਾ, ਵਿਸ਼ਵਾ ਮਿੱਤਰ ਦਾ ਪੁੱਤਰ ਸੀ। ਰਾਮ ਜੀ ਦੇ ਜਦੋਂ ਕੁਲ ਬਣਾਇਆ ਗਿਆ, ਇਹ ਰਾਮ ਚੰਦਰ ਦੇ ਦੋ ਯੋਧੇ ਸਨ, ਨਲ ਅਤੇ ਨੀਲ। ਮਤਲਬ ਕੇਵਲ ਪ੍ਰਮਾਣ ਹੈ, ਰੂਪਕ ਪ੍ਰਮਾਣ ਅਲੰਕਾਰ ਦੇ ਕੇ ਸਮਝਾ ਰਹੇ ਨੇ। ਐਸੇ ਐਸੇ ਵੱਡੇ ਯੋਧੇ ਪਾਤਸ਼ਾਹ ਦੇ ਨਾਲ ਸਨ, ਨਾਲ ਯੋਧੇ ਨਲ ਨੀਲ।
ਮਾਰ ਦੁਸ਼ਟਾ ਕਰੇ ਤਾਗੀਰ ਕੀ, ਤਾਗੀਰ ਤਗੀਰ ਫਾਰਸੀ ਦਾ ਅਰਬੀ ਦਾ ਲੁਕਾਤ ਹੈ, ਯਯਾ ਯੀਮ ਵਿੱਚ ਲੱਗਾ ਤਾਗੀਰ। ਖੈਰ ਪਾਤਸ਼ਾਹ ਮੇਰਾ ਕਰਨ ਜੀਵਨ ਦੇ ਅੰਦਰ ਸਾਨੂੰ ਸਤਿਗੁਰਾਂ ਨੇ ਇਹ ਬਖਸ਼ਿਆ ਕਹਿ ਲੱਗੇ ਵੀ ਜਦੋਂ ਤੇਰੇ ਜੀਵਨ ਦੇ ਅੰਦਰ ਦੋ ਚੀਜ਼ਾਂ ਰਹਿਣਗੀਆਂ, ਸੂਖਮ ਕਰ ਦਿੱਤਾ ਇਸ ਨੂੰ, ਸੂਖਮ ਕਿੰਨਾ ਕੀਤਾ, ਸਮਾਪਤੀ, ਦੇਗ ਤੇਗ ਫਤਿਹ, ਮੀਰੀ ਤੇ ਪੀਰੀ, ਦੇਗ ਤੇਗ ਫਤਿਹ। ਅਰਦਾਸ ਬਣਾਉਣ ਵਾਲੇ ਪੰਥ ਨੇ ਇੱਥੇ ਆ ਕੇ ਕਹਿ ਦਿੱਤਾ ਦੇਗ ਤੇਗ ਫਤਿਹ, ਪੰਥ ਕੀ ਜੀਤ। ਇਹ ਸਾਰੀ ਤਦ ਰਹਿ ਗਈ ਜਦੋਂ ਦੇਗ ਤੇਰੇ ਹੱਥ 'ਚ ਹੋਏਗੀ, ਵਰਤਾਰਾ ਦੁਨੀਆ ਦਾ ਭੰਡਾਰਾ, ਔਰ ਤੇਗ ਤੇਰੇ ਹੱਥ ਵਿੱਚ ਰਹੇਗੀ, ਤੇਗਰਾ ਫੰਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪ੍ਰਮਾਣ ਕਰਦਿਆਂ ਕਹਿ ਰਹੇ ਨੇ। ਸਤਿਗੁਰ ਬੰਦੇ ਚੋਣ ਪਹਿਲੇ ਜਾਮੇ ਤੋਂ ਲੈ ਕੇ ਦਸਵੇਂ ਜਾਮੇ ਤੱਕ ਜੀਵਨ ਮੁਕਤ ਕਰਨ ਆਏ, ਔਰ ਸ਼ਬਦ ਗੁਰੂ ਵੀ ਜੀਵਨ ਮੁਕਤ ਕਰ ਰਿਹਾ। ਭਾਵੇਂ ਸਾਡੇ ਪਾਸ ਦੇਗ ਹੈ ਅਤੇ ਤੇਗ ਹੈ, ਇਹਨਾਂ ਦੋਨਾਂ ਨੂੰ ਧਾਰਨ ਕਰਕੇ ਵੀ ਗੁਰੂ ਕਾ ਸਿੱਖ ਸ਼ਬਦ ਨਾਲ ਜੁੜ ਕੇ ਜੀਵਨ ਮੁਕਤ ਹੋ ਰਿਹਾ ਹੈ। ਪਾਤਸ਼ਾਹ ਮੇਰਾ ਕਰਨ